ਫਰਵਰੀ ਵਿੱਚ ਘੱਟੋ ਘੱਟ 175 ਓਵਰਡੋਸ ਦੇ ਨਾਲ ਮੌਤਾਂ ਦਾ ਇਹ ਲਗਾਤਾਰ ਵੀਲਮ ਬੀਮਾ ਮਹੀਨਾ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਰਿਹਾ ਹੈ ਪਿਛਲੇ ਮਹੀਨੇ ਦੇ ਮੁਕਾਬਲੇ ਫਰਵਰੀ ਵਿੱਚ ਟੌਕਸਿਕ ਡਰੱਗਸ ਨਾਲ ਹੋਣ ਵਾਲੀਆਂ ਮੌਤਾਂ 'ਚ ਕਮੀ ਦਰਜ ਕੀਤੀ ਗਈ ਹੈ ਪਰ BC ਕੋਰਨਰਸ ਸਰਵਿਸ ਨੇ ਅਜੇ ਵੀ 170 ਕਾਤਕ ਓਵਰਡੋਸ ਮੌਤਾਂ ਦਰਜ ਕੀਤੀਆਂ ਨੇ ਪਬਲਿਕ ਸੇਫਟੀ ਮਿਨਿਸਟਰੀ ਅਤੇ ਬੀਸੀ ਕੋਰੋਨਾ ਸਰਵਿਸ ਵੱਲੋਂ ਜਾਰੀ ਇੱਕ ਬਿਆਨ ਮੁਤਾਬਕ ਸ਼ੁੱਕਰਵਾਰ 5 ਅਪ੍ਰੈਲ ਨੂੰ ਜਾਰੀ ਸ਼ੁਰੂਆਤੀ ਅੰਕੜਿਆਂ ਅਨੁਸਾਰ ਫਰਵਰੀ 2024 ਚ ਟੌਕਸਿਕ ਡਰੱਗਸ ਸਪਲਾਈ ਨਾਲ 170 ਮੌਤਾਂ ਬੀਸੀ ਦੇ ਵਿੱਚ ਦਰਜ ਕੀਤੀਆਂ ਗਈਆਂ ਨੇ ਇਹ ਫਰਵਰੀ 2023 ਦੇ ਮੁਕਾਬਲੇ 11% ਘਟਾ ਹੈ ਤੇ ਜਨਵਰੀ 2024 ਦੇ ਮੁਕਾਬਲੇ 12% ਘਟਾ ਹੈ ਬੀਸੀ ਕਰੋਨਰ ਸਰਵਿਸ ਦਾ ਕਹਿਣਾ ਹੈ ਕਿ ਫਰਵਰੀ ਲਗਾਤਾਰ ਬੀਮਾ ਮਹੀਨਾ ਜਦੋਂ ਸੂਬੇ ਵਿੱਚ ਘਟੋ-ਘਟ 175 ਜਾਨਲੇਵਾ ਓਵਰਡੋਸ ਦੀ ਰਿਪੋਰਟ ਕੀਤੀ ਗਈ ਹੈ ਜ਼ਿਕਰਯੋਗ ਹੈ ਕਿ ਓਪੀਓਡ ਸੰਕਟ ਨੂੰ 2016 ਦੇ ਵਿੱਚ ਪਬਲਿਕ ਹੈਲਥ ਐਮਰਜੈਂਸੀ ਐਲਾਨਿਆ ਗਿਆ ਸੀ ਤੇ ਹੁਣ ਤੱਕ 1428 ਮੌਤਾਂ ਡਰੱਗਸ ਦੇ ਕਾਰਨ ਹੋਚਕੀਆਂ ਨੇ 10 ਤੋਂ 59 ਸਾਲ ਦੀ ਉਮਰ ਵਰਗ ਵਿੱਚ ਮੌਤ ਦਾ ਸਭ ਤੋਂ ਪ੍ਰਮੁੱਖ ਕਾਰਨ ਅਨਰੈਗੂਲੇਟਡ ਡਰੱਗ ਸਪਲਾਈ ਹੈ ਜਿਸ ਨੂੰ ਲੈ ਕੇ ਲੋਕ ਸਮੇਂ-ਸਮੇਂ ਤੇ ਆਵਾਜ਼ ਚੁੱਕਦੇ ਰਹਿੰਦੇ ਨੇ ਬੇਸ਼ੱਕ ਬੀਸੀ ਦੀ ਸਰਕਾਰ ਵੱਲੋਂ ਡਰੱਗ ਓਵਰਡੋਸ ਦੇ ਨਾਲ ਹੋਣ ਵਾਲੀਆਂ ਮੌਤਾਂ ਨੂੰ ਲੈ ਕੇ ਕਈ ਕਦਮ ਪਿਛਲੇ ਸਮੇਂ ਦਰਾਂ ਚੁੱਕੇ ਗਏ ਨੇ ਜਿਸ ਵਿੱਚ 2.5 ਗ੍ਰਾਮ ਤੱਕ ਡਰੱਗ ਨੂੰ ਡੀਕ੍ਰਿਮੀਨਲਾਈਜ਼ ਕਰਨਾ ਵੀ ਸ਼ਾਮਲ ਹੈ ਭਾਵੇਂ ਜੇਕਰ ਕਿਸੇ ਵਿਅਕਤੀ ਕੋਲ 2.5 ਗ੍ਰਾਮ ਤੱਕ ਕੋਈ ਨਸ਼ਾ ਹੈ ਤਾਂ ਉਸ ਦੇ ਵਿਰੁੱਧ قانونی کاروائی کرنے دی ਥਾਂ ਤੇ ਉਸ ਦੀ ਕਾਉਂਸਲਿੰਗ ਕਰਨ ਨੂੰ ਤਰਜੀਹ ਦਿੱਤੀ ਜਾਏਗੀ ਇਸ ਤੋਂ ਇਲਾਵਾ ਕਈ ਡਿਵਾਈਸ ਵੀ ਇੰਸਟਾਲ ਕੀਤੇ ਗਏ ਨੇ ਜਿਸ ਵਿੱਚ ਪ੍ਰੋਵੀਜ਼ਨ ਹੈ ਕਿ ਜੇਕਰ ਕੋਈ ਵਿਅਕਤੀ ਡਰਗ ਲੈ ਰਿਹਾ ਤਾਂ ਡਰਗ ਲੈਣ ਸਮੇ ਉਸ ਡਿਵਾਈਸ ਨੂੰ ਐਕਟਿਵ ਕਰੇ ਅਤੇ ਬਾਅਦ ਦੇ ਵਿੱਚ ਜੇਕਰ ਉਹ ਓਵਰਡੋਸ ਹੁੰਦਾ ਹੈ ਤਾਂ ਉਹਨਾਂ ਹਾਲਾਤਾਂ ਚੋਂ ਨੂੰ 911 ਤੇ ਆਟੋਮੈਟਿਕ ਕਾਲ ਹੋ ਕੇ ਸਹਾਇਤਾ ਪ੍ਰਦਾਨ ਕੀਤੀ ਜਾ ਸਕੇ ਬੇਸ਼ੱਕ ਪਹਿਲਾਂ ਦੇ ਮੁਕਾਬਲੇ ਡਰੱਗ ਓਵਰਡੋਸ ਦੇ ਨਾਲ ਹੋਣ ਵਾਲੇ ਨੰਬਰਸ ਦੇ ਵਿੱਚ ਕੁਝ ਪੋਜ਼ਿਟਿਵ ਟ੍ਰੈਂਡ ਜ਼ਰੂਰ ਦਿਖਾਈ ਦੇ ਰਹੇ ਪਰ ਇਹ ਮੌਤਾਂ ਦਾ ਅੰਕੜਾ ਰਿਕਾਰਡ ਪੱਧਰ ਤੇ ਨਹੀਂ ਘਟ ਰਿਹਾ ਇਸ ਤੋਂ ਇਲਾਵਾ ਅਲਬੋਟਾ ਦੇ ਵਿੱਚ ਅਤੇ ਜੀਟੀਏ ਖੇਤਰ ਦੇ ਵਿੱਚ ਵੀ ਡਰੱਗ ਟਾਕਸਿਕ ਕ੍ਰਾਈਸਿਸ ਇੱਕ ਵੱਡਾ ਮੁੱਦਾ ਪਿਛਲੇ ਸਮੇਂ ਦਰਾਂ ਬਣ ਰਿਹਾ ਹੈ ਤੇ ਇਹ ਮੇਜਰ ਹੈਲਥ ਕ੍ਰਾਈਸਿਸ ਦੇ ਤੌਰ ਤੇ ਉੱਭਰ ਰਿਹਾ ਹੈ ਜਿਸ ਨੂੰ ਰੋਕਣ ਦੇ ਲਈ ਹੋਰ ਸਖਤ ਕਦਮ ਚੁੱਕਣ ਦੀ ਜ਼ਰੂਰਤ ਹੈ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਮਾਲਕਤ ਅਤੇ ਕਿਰਾਏ ਲਈ ਘਰਾਂ ਦੇ ਫਾਸਟ ਨਿਰਮਾਣ ਅਤੇ ਇਹਨਾਂ ਨੂੰ ਸਸਤੇ ਬਣਾਉਣ ਵਿੱਚ ਮਦਦ ਕਰਨ ਲਈ 600 ਮਿਲੀਅਨ ਡਾਲਰ ਦੇ ਨਵੇਂ ਪੈਕੇਜ ਦਾ ਐਲਾਨ ਕੀਤਾ ਮੋਡੂਲਰ ਅਤੇ ਪ੍ਰੀਫੈਬ੍ਰିକੇਟਿਡ ਘਰਾਂ ਦੇ ਵਿਕਾਸ ਲਈ ਇਹ ਫੰਡਿੰਗ ਬਜਟ ਵਿੱਚ ਰੱਖੀ ਜਾ ਰਹੀ ਹੈ ਜਿਨ੍ਹਾਂ ਦਾ ਨਿਰਮਾਣ ਆਸਾਨੀ ਨਾਲ ਅਤੇ ਤੇਜ਼ੀ ਦੇ ਨਾਲ ਕੀਤਾ ਜਾ ਸਕੇ। ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ ਕਿ ਨਵੀਂ ਫੰਡਿੰਗ ਦਾ ਉਦੇਸ਼ ਕੈਨੇਡਾ ਭਰ ਵਿੱਚ ਘਰ ਬਣਾਉਣ ਦੇ ਤਰੀਕਿਆਂ ਨੂੰ ਬਦਲਣ ਵਿੱਚ ਮਦਦ ਕਰਨਾ ਅਤੇ ਰਹਿائش ਨੂੰ ਅਫੋਰਡੇਬਲ ਬਣਾਉਣਾ ਹੈ। 600 ਮਿਲੀਅਨ ਡਾਲਰ ਵਿੱਚੋਂ 50 ਮਿਲੀਅਨ ਡਾਲਰ ਹੋਮ ਬਿਲਡਿੰਗ ਟੈਕਨੋਲੋਜੀ ਇਨੋਵੇਸ਼ਨ ਫੰਡ ਲਾਂਚ ਕਰਨ ਲਈ ਰੱਖੇ ਜਾ ਰਹੇ ਨੇ ਤੇ ਹੋਰ 50 ਮਿਲੀਅਨ ਉਹ ਸਾਰੀ ਨੂੰ ਆਧੁਨਿਕ ਬਣਾਉਣ ਅਤੇ ਤੇਜ਼ ਕਰਨ ਲਈ ਖਰਚੇ ਜਾਣਗੇ ਅਤੇ 500 ਮਿਲੀਅਨ ਘੱਟ ਲਾਗਤ ਵਾਲੇ ਕਰਜ਼ੇ ਲਈ ਹੋਣਗੇ ਗੌਰਤ ਲਵੈ ਕਿ ਪ੍ਰਧਾਨ ਮੰਤਰੀ ਜਸਟਨ ਟਰੂਡੋ ਪ੍ਰੀ ਬਜਟ ਘੋਸ਼ਣਾ ਦੇ ਲਈ ਅੱਜ ਕੈਲਗਰੀ ਪਹੁੰਚੇ ਸਨ ਟਰੂਡੋ ਨੇ ਕਿਹਾ ਹੈ ਕਿ ਮੋਡੂਲਰ ਅਤੇ ਪ੍ਰੀ ਫੈਬ੍ਰିକੇਟਰ ਘਰਾਂ ਦੇ ਨਿਰਮਾਣ ਲਈ ਪ੍ਰਾਈਵੇਟ ਸੈਕਟਰ ਨੂੰ ਇਹ ਸਹਾਇਤਾ ਦਿੱਤੀ ਜਾਏਗੀ ਸ਼ੁੱਕਰਵਾਰ ਦੀ ਹਾਊਸਿੰਗ ਫੰਡਿੰਗ ਦੀ ਅਨਾਉਂਸਮੈਂਟ ਵਿੱਚ ਇਸ ਹਫਤੇ ਅਜੇ ਹੀ ਇਹ ਚੌਥਾ ਐਲਾਨ ਹੈ ਜੋ ਫੈਡਰਲ ਬਜਟ ਤੋਂ ਪਹਿਲਾਂ ਕੀਤਾ ਗਿਆ ਹੈ ਸਰਕਾਰ ਵੱਲੋਂ ਬਜਟ 16 ਅਪ੍ਰੈਲ ਨੂੰ ਪੇਸ਼ ਕੀਤਾ ਜਾਣਾ ਹੈ ਪ੍ਰਧਾਨ ਮੰਤਰੀ ਟਰੂਡੋ ਇਲੈਕਸ਼ਨ ਕੈਂਪੇਨ ਦੀ ਤਰ੍ਹਾਂ ਪਹਿਲਾਂ ਹੀ ਯੋਜਨਾਵਾਂ ਲੋਕਾਂ ਤੱਕ ਪਹੁੰਚਾ ਰਹੇ ਨੇ ਕਿਉਂਕਿ ਪਿਛਲੇ ਸਮੇਂ ਕੈਨੇਡੀਅਨ ਸਿਆਸਤ ਦੇ ਵਿੱਚ ਹਾਊਸਿੰਗ ਸੰਕਟ ਇੱਕ ਵੱਡਾ ਮੁੱਦਾ ਬਣ ਕੇ ਉੱਭਰਿਆ ਜਿਸ ਉੱਪਰ ਵਿਰੋਧੀਆਂ ਅਤੇ ਕੈਨੇਡੀਅਨਸ ਨੇ ਫੈਡਰਲ ਸਰਕਾਰ ਦੇ ਵਿਰੁੱਧ ਨਾਰਾਜ਼ਗੀ ਪ੍ਰਗਟਾਈ ਸੀ ਬੇਸ਼ੱਕ ਪਹਿਲੀ ਪਹਿਲ ਪ੍ਰਧਾਨ ਮੰਤਰੀ ਟਰੂਡੋ ਨੇ ਇਹ ਗੱਲਬਾਤ ਆਖੀ ਸੀ ਕਿ ਹਾਊਸਿੰਗ ਫੈਡਰਲ ਸਰਕਾਰ ਦੇ ਅਧਿਕਾਰ ਖੇਤਰ ਵਿੱਚ ਨਹੀਂ ਇਹ ਪ੍ਰਵਿੰਸਾਂ ਦੀ ਜ਼ਿੰਮੇਵਾਰੀ ਹੈ ਪਰ ਇਸ ਦੇ ਬਾਅਦ ਜੋ ਅੰਕੜੇ ਸਾਹਮਣੇ ਆਏ ਤੇ ਸਰਕਾਰ ਨੇ ਹਾਊਸਿੰਗ ਉੱਪਰ ਫੋਕਸ ਕੀਤਾ ਜਿਸ ਕਾਰਨ ਪ੍ਰਧਾਨ ਮੰਤਰੀ ਵੱਲੋਂ 6 ਬਿਲੀਅਨ ਡਾਲਰ ਹਾਊਸਾਂ ਸੰਬੰਧੀ ਇਨਫਰਾਸਟ੍ਰਕਚਰ ਬਿਲਡ ਕਰਨ ਲਈ 15 ਬਿਲੀਅਨ ਡਾਲਰ ਕਾਂਡੋਸ ਤੇ ਕਿਰਾਏ ਯੂਨਿਟਸ ਵਧਾਉਣ ਦੇ ਲਈ ਐਲਾਨੇ ਗਏ ਨੇ ਇਸ ਸੁਲਾਬਾ ਸਰਕਾਰ ਨੇ 1.5 ਬਿਲੀਅਨ ਡਾਲਰ ਰੈਂਟਲਸ ਤੇ ਲਈ ਤੇ ਹੁਣ 600 ਮਿਲੀਅਨ ਡਾਲਰ ਦੀ ਕੋਸ਼ਨਾ ਅੱਜ ਕੀਤੀ ਹੈ ਪ੍ਰਧਾਨ ਮੰਤਰੀ ਟਰੂਡੋ ਨੇ ਸਪਸ਼ਟ ਕੀਤਾ ਹੈ ਕਿ ਸਰਕਾਰ ਪ੍ਰਵਿੰਸਾਂ ਟੈਰੀਟਰੀਜ਼ ਅਤੇ ਮਿਊਸਪਲ ਸਰਕਾਰਾਂ ਦੇ ਨਾਲ ਮਿਲ ਕੇ ਹਾਊਸਿੰਗ ਸਪਲਾਈ ਵਧਾਉਣਾ ਚਾਹੁੰਦੀ ਹੈ ਤੇ ਇਸ ਨੂੰ affordable ਬਣਾਉਣਾ ਚਾਹੁੰਦੀ ਹੈ ਜਿਸ ਲਈ ਸਰਕਾਰ ਬਜਟ ਦੇ ਵਿੱਚ ਕਾਫੀ ਪੈਸਾ ਰੱਖਣ ਜਾ ਰਹੀ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ